ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਅਪਰਾ ਵਿਖੇ ਡਾਕਟਰਾਂ ਵੱਲੋਂ ਕੀਤੀ ਗਈ ਚੈਕਿੰਗ। ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਦੇ ਅਧੀਨ ਆਉਂਦੇ ਅਪਰਾ ਵਿਖੇ ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾਕਟਰ ਜੀ ਐੱਸ ਕਈ, ਐੱਸ ਐੱਚ ਓ ਬੜਾ ਪਿੰਡ ਡਾਕਟਰ ਦਵਿੰਦਰ ਸਿੰਘ, ਐੱਸ ਐੱਚ ਓ ਅਪਰਾ ਗਰਨੇਕ ਲਾਲ, ਹੈਲਥ ਸੁਪਰਵਾਈਜ਼ਰ ਅਪਰਾ ਰੂਪ ਲਾਲ, ਹੈਲਥ ਵਰਕਰ ਰਾਜਕੁਮਾਰ ਵੱਲੋਂ ਅਪਰਾ ਦੇ ਮੇਨ ਬਾਜ਼ਾਰ 'ਚ ਮਠਿਆਈਆਂ ਵਾਲੀਆਂ ਦੁਕਾਨਾਂ ਅਤੇ ਜੂਸ ਦੀਆਂ ਦੁਕਾਨਾਂ, ਫਾਸਟ ਫੂਡ ਦੀਆਂ ਦੁਕਾਨਾਂ, ਤੰਬਾਕੂ ਦੀਆਂ ਦੁਕਾਨਾਂ 'ਤੇ ਵਿਜ਼ਿਟ ਕੀਤਾ ਅਤੇ ਉਹਨਾਂ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਸਾਫ਼ ਸਫਾਈ ਰੱਖਣ ਦੀ ਹਦਾਇਤ ਜਾਰੀ ਕੀਤੀ। ਬੂਟਾ ਸਿੰਘ ਢਿੰਡਸਾ, ਅਪਰਾ ਦੀ ਰਿਪੋਰਟ। ਗੁਰਨੇਕ ਲਾਲ, ਹੈਲਥ ਸੁਪਰਵਾਈਜ਼ਰ ਸੀ ਐੱਸ ਸੀ ਅਪਰਾ ਤੋਂ, ਸਿਵਲ ਸਰਜਨ ਜਲੰਧਰ, ਐੱਸ ਐੱਮ ਓ ਡਾਕਟਰ ਜੀ ਐੱਸ ਘਈ ਬੜਾ ਪਿੰਡ ਅਤੇ ਐੱਸ ਐੱਮ ਓ ਡਾਕਟਰ ਦਵਿੰਦਰ ਸਿੰਘ ਸੀ ਐੱਸ ਸੀ ਅਪਰਾ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜਾ ਆ ਪਬਲਿਕ ਦੀ ਸਿਹਤ ਨੂੰ ਜਿਹੜਾ ਬਰਕਰਾਰ ਰੱਖਣ ਲਈ ਅੱਜ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਸਾਰੀਆਂ ਹੀ ਸਵੀਟ ਸ਼ਾਪ ਜਿਹੜੀਆਂ ਮਠਿਆਈਆਂ ਦੀਆਂ ਦੁਕਾਨਾਂ ਆ, ਜੂਸ ਵਾਲੀਆਂ ਦੁਕਾਨਾਂ, ਫਾਸਟ ਫੂਡ ਵਾਲੀਆਂ ਦੁਕਾਨਾਂ ਆ ਜਿਹੜੀਆਂ, ਉਹਨਾਂ 'ਤੇ ਜਿਹੜਾ ਆ ਰਾਊਂਡ ਲਗਾਇਆ ਗਿਆ, ਵਿਜਿਟ ਕੀਤੀ ਗਈ ਤਾਂ ਕਿ ਲੋਕਾਂ ਨੂੰ ਜਿਹੜੀਆਂ ਆ ਸਾਫ਼ ਸੁਥਰੀਆਂ ਚੀਜ਼ਾਂ ਜਿਹੜੀਆਂ ਆ ਖਾਣ ਨੂੰ ਮਿਲਣ। ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ, ਹਦਾਇਤਾਂ ਵੀ ਦਿੱਤੀਆਂ ਗਈਆਂ ਤਾਂ ਕਿ ਜਿਹੜਾ ਆ ਮਠਿਆਈ ਜਿਹੜੀ ਆ ਬਣਾਉਣ ਵੇਲੇ ਔਰ ਜਿਹੜੀ ਆ ਉਹਨੂੰ ਸਟੋਰ ਕਰਨਾ ਜਾਂ ਰੱਖਣਾ ਆ ਉਹ ਵੀ ਬਿਲਕੁਲ ਢੱਕ ਕੇ ਰੱਖਣ ਤਾਂ ਕਿ ਜਿਹੜਾ ਉਹਦੇ ਉੱਪਰ ਮੱਖੀ ਬੈਠਦੀ ਆ, ਮੱਛਰ ਬੈਠਦਾ ਆ, ਧੂੜ ਮਿੱਟੀ ਪੈਂਦੀ ਆ, ਉਹਦੇ ਨਾਲ ਜਿਹੜਾ ਆ ਮਠਿਆਈ ਸਵੀਟ ਆ ਜਿਹੜੀ ਆ ਉਹ ਦੂਸ਼ਿਤ ਹੁੰਦੀ ਆ ਅਤੇ ਦੂਸ਼ਿਤ ਜਦੋਂ ਜਿਹੜਾ ਖਾਣਾ ਆ ਪਬਲਿਕ ਲੈ ਕੇ ਖਾਂਦੀ ਆ ਤਾਂ ਉਹ ਬਿਮਾਰ ਜਿਹੜੇ ਆ ਹੋ ਰਹੀ ਆ। ਸੋ ਇਹ ਬਿਮਾਰੀਆਂ ਤੋਂ ਬਚਾਉਣ ਲਈ ਪਬਲਿਕ ਨੂੰ ਜਿਹੜਾ ਆ ਅਸੀਂ ਜਿਹੜਾ ਆ ਅਪਰੇ ਦੀਆਂ ਬਾਜ਼ਾਰ ਦੀਆਂ ਦੁਕਾਨਾਂ ਜਿਹੜੀਆਂ ਆ ਉਹਨਾਂ 'ਤੇ ਵਿਜਿਟ ਕਰਕੇ ਜਿਹੜਾ ਆ ਉਹਨਾਂ ਨੂੰ ਹਦਾਇਤਾਂ ਅਤੇ ਵਾਰਨਿੰਗ ਨਾਲ ਨਾਲ ਦਿੱਤੀ ਆ ਕਿ ਲੋਕਾਂ ਦੀ ਜਿਹੜੀ ਆ ਸਿਹਤ ਦਾ ਖਿਆਲ ਰੱਖਣ ਤਾਂ ਕਿ ਜਿਹੜਾ ਆ ਅਸੀਂ ਪੰਜਾਬ ਤੰਦਰੁਸਤ ਦਾ ਜਿਹੜਾ ਆ ਮਿਸ਼ਨ ਆ ਉਹਨੂੰ ਜਿਹੜਾ ਆ ਸਫਲਤਾਪੂਰਵਕ ਜਿਹੜਾ ਆ ਪੂਰਾ ਕਰ ਸਕਾਂਗੇ। ਧੰਨਵਾਦ ਜੀ। ਤੁਸੀਂ ਜਰਦਾਲ ਅਤੇ ਬੀੜੀਆਂ ਦੁਕਾਨਾਂ 'ਤੇ ਗਏ ਸੀ, ਉਹਦਾ ਕੋਈ ਚਲਾਨ ਕੀਤਾ ਗਿਆ ਜੀ? ਜਿਹੜੀਆਂ ਅਸੀਂ ਜਰਦਾ ਅਤੇ ਬੀੜੀਆਂ ਦੀਆਂ ਦੁਕਾਨਾਂ 'ਤੇ ਗਏ ਹਾਂ ਸਮੇਂ ਸਮੇਂ 'ਤੇ ਜਿਹੜਾ ਆ ਅਸੀਂ ਉਹਨਾਂ ਦਾ ਚਲਾਨ ਕਰਦੇ ਰਹਿੰਦੇ ਹਾਂ। ਜਿਹੜਾ ਦੁਕਾਨਦਾਰ ਜਿਹੜਾ ਆ ਉਹ ਜਿਸਨੇ ਜਿਹੜਾ ਆ ਬੈਨਰ ਨਹੀਂ ਲਗਾਇਆ ਜਾਂ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਉਹ ਜਰਦੇ ਦੀ ਪੁੜੀ ਜਾਂ ਹੋਰ ਨਸ਼ੇ ਵਾਲੀ ਚੀਜ਼ ਜਿਹੜਾ ਆ ਵੇਚਦਾ ਆ ਜਾਂ ਉਹਨੇ ਓਪਨ ਸਿਗਰਟ ਬੀੜੀ ਵੇਚਦਾ ਆ, ਟੀਲਾਂ ਡੱਬੀ ਓਪਨ ਰੱਖੀ ਹੋਈ ਆ, ਉਹਨਾਂ ਜਿਹੜਾ ਆ ਦੁਕਾਨਦਾਰਾਂ ਦਾ ਅਸੀਂ ਚਲਾਨ ਕਰਦੇ ਹਾਂ ਤਾਂ ਕਿ ਜਿਹੜਾ ਆ ਅਸੀਂ ਨੌਜਵਾਨ ਪੀੜ੍ਹੀ ਨੂੰ ਜਿਹੜਾ ਆ ਉਹ ਬਚਾ ਸਕੀਏ।